ਹੈਲੋ ਸਟੂਡੈਂਟਸ ਵੈਲਕਮ ਟੂ ਆਵਰ YouTube ਚੈਨਲ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਲਾਸ 8th ਦਾ ਇੰਗਲਿਸ਼ ਦਾ ਪੇਪਰ ਟਰਮ 2 ਦਾ ਦੇਖਾਂਗੇ ਕੀ ਪੇਪਰ ਪੈਟਰਨ ਹੈ ਤੇ ਕਿੰਨੇ ਮਾਰਕਸ ਦਾ ਕੁਐਸਚਨ ਪੇਪਰ ਆਊਗਾ ਕਿੰਨਾ ਸਮਾਂ ਮਿਲੂਗਾ ਤੇ ਕੁਝ ਇਨਸਟਰਕਸ਼ਨ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਸੈਕਸ਼ਨ A ਦੇ ਵਿੱਚ ਤੁਹਾਨੂੰ ਪੈਰਾਗ੍ਰਾਫ ਆਊਗਾ ਰੀਡਿੰਗ ਦਾ اور ਫਿਰ ਸੈਕਸ਼ਨ B 'ਚ ਤੁਹਾਡੇ ਬੁੱਕ ਦੇ ਵਿੱਚੋਂ ਚੈਪਟਰ ਦੇ ਕੁਐਸਚਨ, ਵੋਕੈਬਲਰੀ ਫਿਰ ਟ੍ਰਾਂਸਲੇਸ਼ਨ ਤੇ ਗ੍ਰਾਮਰ ਦੇ ਵਿੱਚੋਂ ਤੇ ਇੱਕ ਤੁਹਾਨੂੰ ਗੁੱਡ ਹੈਡ ਰਾਈਟਿੰਗ ਦੇ ਮਾਰਕਸ ਮਿਲਣਗੇ ਠੀਕ ਆ 2 ਮਾਰਕਸ ਤਾਂ ਇੱਕ ਪੈਰੇਜ ਵਿੱਚੋਂ ਤੁਸੀਂ ਪਹਿਲਾ ਕੁਐਸਚਨ ਆਨਸਰ ਲੱਭ ਕੇ ਲਿਖ ਸਕਦੇ ਹੋ ਤੇ ਇਸ ਤੋਂ ਬਾਅਦ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ ਤੇ ਜੇਕਰ ਤੁਹਾਨੂੰ ਸੋਲੂਸ਼ਨ ਚਾਹੀਦਾ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਤੇ ਮੈਂ ਹੁਣ ਇਸ ਦੇ ਨਾਲ ਹੀ 파ਟ ਇੱਕ ਐਡਿਟ ਕਰ ਦਊਗੀ ਸੋਲੂਸ਼ਨ ਦਾ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਹਰ ਇੱਕ ਪੇਪਰ ਦਾ ਸੋਲੂਸ਼ਨ ਪ੍ਰੋਵਾਈਡ ਕੀਤਾ ਜਾਊਗਾ ਸੋ ਲੋਪਨੈਕਸ ਦੇਖਦੇ ਪਹਿਲਾਂ ਇੱਕ ਵਾਰੀ ਕੁਐਸਚਨ ਪੇਪਰ ਰੀਡਿੰਗ ਕਰ ਲੈਂਦੇ ਆ ਫਿਰ ਇਹਦਾ ਸੋਲੂਸ਼ਨ ਦੇਖਦੇ ਆ ਤੇ ਸੈਕਸ਼ਨ ਬੀ ਵਿੱਚ ਤੁਹਾਨੂੰ ਕੁਐਸਚਨ ਅਨਸਰ ਆਣਗੇ ਤੇ ਵਟ ਇਜ਼ ਰਿਲੀਜੀਅਸ ਇੰਪੋਰਟੈਂਸ ਆਫ ਅਨੰਤਪੁਰ ਸਾਹਿਬ ਵਿਚ ਪੱਪੀ ਵਾਸ ਚੂਜ਼ਨ ਬਾਈ ði ਲਿਟਲ ਬੋਏ ਹਾਊ ਡਿਡ ði ਪੁਲਿਸ ਕਾਉਂਸਲ ਸੀਮਾ ਐਂਡ ਭਵਿਆ ਵਿਚ ਫੀਚਰ ਆਫ ਸੀਮਾ ਸਿਟੀ ਇਜ਼ ਇਮਪ੍ਰੈਸਟ ਮੈਕਰੋ ਮੈਕਰੋਪੋਲੋ ਤੇ ਹੁਣ ਜਿਹੜਾ ਤੁਹਾਡੇ ਇਹ ਵਾਲੇ ਕੁਐਸਚਨਸ ਨੇ ਇਹਨਾਂ ਨੂੰ ਤੁਸੀਂ ਰੀਡ ਕਰ ਲਓ ਨੋਟ ਕਰ ਲਓ ਕਾਪੀ ਦੇ ਉੱਤੇ ਆ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਇਹਨਾਂ ਦੇ ਵਿੱਚ ਇਸ ਪੇਪਰ ਦੇ ਵਿੱਚੋਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਜਿਹੜੇ 6 7 8th 9th ਦੇ ਪੇਪਰ ਹੋਏ ਸੀਗੇ ਉਹਨਾਂ ਦੇ ਵਿੱਚ 70 ਤੋਂ 80% ਪੇਪਰ ਉਹਨਾਂ ਕੁਐਸਚਨ ਪੇਪਰਾਂ ਚੋਂ ਆਇਆ ਸੀ ਤਾਂ ਤੁਸੀਂ ਇਸ ਨੂੰ ਇੱਕ ਤਰ੍ਹਾਂ ਦਾ ਰਿਵੀਜ਼ਨ ਪੇਪਰ ਸਮਝ ਸਕਦੇ ਹੋ ਕਿ ਇਹ ਬਹੁਤ ਹੀ ਇੰਪੋਰਟੈਂਟ ਪੇਪਰ ਹੈ ਨੈਕਸਟ मीनिंग ਲਿਖਣੇ ਨੇ ਤੁਸੀਂ ਫਿਲਪਸ ਦਿੱਤੇ ਹੋਏ ਨੇ ਤੁਸੀਂ ਇਹਨਾਂ ਦੇ ਸਾਰਿਆਂ ਦੇ ਇੱਕ ਵਾਰੀ ਸਕਰੀਨਸ਼ਾਟ ਲੈ ਲਓ ਉਤਾਰ ਲਓ ਕਾਪੀ ਦੇ ਉੱਤੇ ਤੇ ਆਨਸਰ ਨੀਚੇ ਪੋਇੰਟ ਦੇ ਵਿੱਚੋਂ ਦੇਣੇ ਨੇ ਫਿਰ ਨੈਕਸਟ ਸੈਂਟੈਂਸ ਬਣਾਣੇ ਨੇ ਤੁਸੀਂ ਤੇ ਸੈਕਸ਼ਨ ਸੀ ਚ ਵੋਕੈਬਲਰੀ ਹੈ ਦੀ ਡੈਸ਼ ਦੀ ਵੀਕ 올ਡ ਮੈਨ ਸਪੋਕ ਇਨ ਡੈਸ਼ ਵੌਇਸ ਫੀਬਲ ਵੌਇਸ ਠੀਕ ਹੈ ਨੈਕਸਟ ਆ ਮੇਕ ਅ ਸੈਂਟੈਂਸ ਆਫ ਦੀ ਗਿਵਨ ਆਈਟਮ ਤੇ ਉਸ ਤੋਂ ਇਲਾਵਾ ਸੈਕਸ਼ਨ ਡੀ ਟ੍ਰਾਂਸਲੇਸ਼ਨ ਗ੍ਰਾਮਰ ਐਂਡ ਕੰਪੋਜੀਸ਼ਨ ਇਸ ਤਰ੍ਹਾਂ ਨੈਕਸਟ ਅ ਟ੍ਰਾਂਸਲੇਸ਼ਨ ਆ ਐਨਏ 2 ਆਫ ਦੀ ਫੋਲੋਇੰਗ ਸੈਂਟੈਂਸ ਇਨਟੂ ਪੰਜਾਬੀ ਔਰ ਹਿੰਦੀ ਜੇਕਰ ਤੁਹਾਨੂੰ ਪੰਜਾਬੀ ਚ ਟ੍ਰਾਂਸਲੇਸ਼ਨ ਕਰਨੀ ਆ ਤਾਂ ਵੀ ਕਰ ਸਕਦੇ ਹਿੰਦੀ ਚ ਕਰਨੀ ਹਿੰਦੀ ਚ ਕਰ ਸਕਦੇ ਆ ਤੇ ਨੈਕਸਟ ਸਾਨੂੰ ਪੰਜਾਬੀ ਚ ਦਿੱਤੀ ਆ ਤੁਸੀਂ ਇੰਗਲਿਸ਼ ਚ ਕਰਨੀ ਆ ਤੇ ਉਸ ਤੋਂ ਅੱਗੇ ਟ੍ਰਾਂਸਲੇਸ਼ਨ ਤੋਂ ਅੱਗੇ ਤੁਹਾਨੂੰ ਡੂ ਐਸ ਡਾਇਰੈਕਟ ਆਏ ਹੋਏ ਨੇ ਤੇ ਤੁਸੀਂ ਜਿਹੜੇ ਬ੍ਰੈਕਟ ਦੇ ਵਿੱਚ ਦਿੱਤੇ ਹੋਏ ਨੇ ਉਹਨਾਂ ਨੂੰ ਫਿਲਪ ਕਰਨਾ ਇੱਥੇ ਤੇ ਨੈਕਸਟ ਤੁਹਾਨੂੰ ਪ੍ਰੈਜ਼ੈਂਟ ਪਰਫੈਕਟ ਟੈਂਸ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਪ੍ਰੈਜ਼ੈਂਟ ਪਰਫੈਕਟ ਟੈਂਸ ਵਿੱਚ ਹਮੇਸ਼ਾ ਹੈਜ਼ ਹੈਵ ਲੱਗਦਾ ਹੈ ਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦੇ ਵਿੱਚ ਹੈਜ਼ ਹੈਵ ਤੇ ਵਰਬ ਦੀ ਫਾਰਮ ਦੇ ਨਾਲ ਆਈ ਐਨ ਜੀ ਲੱਗਦਾ ਹੈ ਤਾਂ ਤੁਸੀਂ ਦੋਨਾਂ ਦੇ ਵਿੱਚ ਇੱਕ ਕਰਕੇ ਆਣਾ ਜਾਂ ਦੋਨੋਂ ਹੀ ਕਰਕੇ ਆਣੇ ਨੇ ਇਹ ਤੁਸੀਂ ਕਰਿ ਆਇਓ ਤੇ ਨੈਕਸਟ ਚੇਂਜ ਦੀ ਵਾਇਸ ਆਫ ਦੀ ਫੋਲੋਇੰਗ ਸੈਂਟੈਂਸ ਵਾਇਸ ਲਗਾਣਾ ਹੈ ਜਿਹੜਾ ਆ ਲੈਟਰ ਆ ਇਹ ਮੂਰੇ ਆ ਜੂਗਾ ਰੋਟ ਇੱਥੇ ਪਾਸਟ ਉਹਦੇ ਵਿੱਚ ਆ ਇਹ ਪ੍ਰਾ ਪਾਸਟ ਸਿੰਪਲ ਦੇ ਵਿੱਚ ਪ੍ਰੈਜ਼ੈਂਟ ਉਹਦੇ ਚ ਪਾਸਟ ਸਿੰਪਲ ਦੇ ਵਿੱਚ ਹੈ ਤੇ ਇਹਨੂੰ ਤੁਸੀਂ ਚੇਂਜ ਕਰ ਲਿਓ ਤੇ ਰੂਟ ਸੈਕੰਡ ਫਾਰਮ ਲੱਗੀ ਹੋਈ ਹੈ ਅੱਗੇ ਪੈਰਾਗ੍ਰਾਫ ਐਨ ਇੰਡੀਅਨ ਫਾਰਮਰ ਤੇ ਸਟੋਰੀ ਇਹਨਾਂ ਦੋਨਾਂ ਚੋਂ ਇੱਕ ਕਰਨੀ ਹੈ ਤੁਸੀਂ ਇੱਕ ਰੀਡਿੰਗ ਲੈ ਜਿਓ ਲੈਟਰ ਲੈਟਰ ਦਾ ਦੇਖ ਲਓ ਤੁਹਾਨੂੰ ਕਿਹੜੀ ਸੌਖੀ ਲੱਗਦੀ ਹੈ ਅੱਗੇ ਨਿਊਜ਼ ਪੇਪਰ ਹੈਡਲਾਈਨ ਹੁਣ ਤੁਸੀਂ ਇਸ ਪੇਪਰ ਨੂੰ ਦੇਖਣ ਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਵੇਂ ਦਾ ਪੇਪਰ ਪੈਟਰਨ ਕਿੰਨੇ ਮਾਰਕਸ ਦੇ ਆ ਰਹੇ ਨੇ ਉਹ ਵੀ ਨੋਟ ਕਰ ਲਓ ਨੈਕਸਟ ਡਾਇਲੋਗ ਰਾਈਟਿੰਗ ਇਹ ਪੈਪਰ ਨੂੰ ਦੇਖਣਾ ਹੈ ਕੀ ਕੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਉਸ ਦੇ ਨੋਟਸ ਬਣਾ ਕੇ ਲਿਖ ਕੇ ਆਣੇ ਨੇ ਤੇ ਬਾਕੀ ਤੁਹਾਨੂੰ ਗੁੱਡ ਹੈਂਡ ਡਾਇਰੈਕਟਿੰਗ ਦੇ ਮਾਰਕਸ ਮਿਲਣਗੇ ਇਹ ਤੁਹਾਡਾ ਪੇਪਰ ਹੈ ਸਾਰੇ ਪੇਪਰ ਨੂੰ ਧਿਆਨ ਨਾਲ ਕਰ ਲਿਓ ਤੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਇੱਕ ਵਾਰ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਜਰੂਰ ਕਰਿਓ ਇਸ ਵੀਡੀਓ ਨੂੰ ਪੂਰਾ ਥੈਂਕ ਯੂ